ਹਨੇਰੀਆਂ ਤੇ ਹਨੇਰੀਆਂ ਤੇ ਕਾਬੂ ਕਿੰਨਾ ਨੇ ਪਾਇਆ ਸੀ ਜੀ? ਕਿੰਨਾ ਨੇ ਪਾਇਆ ਸੀ? ਹਨੇਰੀਆਂ ਤੇ ਕਾਬੂ ਪਾਇਆ ਸੀ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਵਰਗੇ ਯੋਧਿਆਂ ਭਰਾ। ਕਹਿੰਦੇ ਨੇ ਕਿ ਅਸੀਂ ਸੁਪਨਾ ਪੂਰਾ ਕਰਨ ਵਿੱਚ ਸਾਥ ਦੇਵਾਂਗੇ, ਮੈਂ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਲਾਵਾਂ। ਦੇਖੋ ਜੀ, ਆਜ਼ਾਦੀ ਅਸੀਂ ਲਈ ਸੀ, ਪਰ ਆਜ਼ਾਦੀ ਦਾ ਮਤਲਬ ਇਹ ਨਹੀਂ ਅੰਗਰੇਜ਼ਾਂ ਦੇ ਹੱਥਾਂ ਵਿੱਚੋਂ ਖੋਹ ਕੇ ਮੁੱਠੀ ਭਰ ਅਮੀਰਾਂ ਜਾਂ ਉਹਨਾਂ ਲੀਡਰਾਂ ਦੇ ਹੱਥਾਂ ਵਿੱਚ ਦੇ ਦਿੱਤੀ ਜਾਵੇ ਜਿਹੜੇ ਸਾਡੇ ਪੰਜਾਬ ਨੂੰ ਲੁੱਟ ਕੇ ਖਾ ਗਏ, ਜਿਨ੍ਹਾਂ ਨੇ 70-75 ਸਾਲ ਨੂੰ ਉਹਨਾਂ ਦੇ ਸਹੀ ਹੱਕ ਦਾ ਇੱਕ ਹੀ ਮਕਸਦ ਹੈ, ਇੱਕ ਐਸਾ ਵਤਨ ਬਣਾਉਣਾ ਜਿੱਥੇ ਹਰ ਵਰਗ ਦੇ ਲੋਕਾਂ ਨੂੰ ਜੀਣ ਦਾ ਬਰਾਬਰ ਹੱਕ ਹੋਵੇ, ਜਿੱਥੇ ਧਰਮ ਦੇ ਨਾਂ ਤੇ ਜਾਤ ਪਾਤ ਦੇ ਨਾਂ ਤੇ ਲੋਕਾਂ ਦੇ ਬਟਵਾਰਾ ਰਾਜ ਹੁੰਦਾ ਸੀ, ਜਿਸ ਬਾਤ ਦੇ ਉੱਤੇ ਸਾਨੂੰ ਫਖਰ ਮਹਿਸੂਸ ਹੁੰਦਾ ਸੀ। ਪਰ ਜਿੰਨਾ ਸਰਕਾਰਾਂ ਨੇ 70-75 ਸਾਲਾਂ ਤੋਂ ਸਾਡੇ ਪੰਜਾਬ ਤੇ ਰਾਜ ਕੀਤਾ ਹੈ, ਉਹਨਾਂ ਨੇ ਸਾਡੇ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਦੇ, ਬੱਚਿਆਂ ਦੇ ਹੱਕਾਂ ਦੀ ਲੜਾਈ ਲੜ ਰਹੇ ਹਾਂ, ਅਸੀਂ ਆਪਣੇ ਪੰਜਾਬ ਨੂੰ ਵੱਧ ਤੋਂ ਜੀ ਫਿਕਰਾਂ ਤੋਂ ਫਕਰਾਂ ਵਾਲੇ ਪਾਸੇ ਲੈ ਕੇ ਜਾਵਾਂਗੇ। ਆਮ ਆਦਮੀ ਪਾਰਟੀ, ਆਮ ਆਦਮੀ ਪਾਰਟੀ। ਗੱਲ ਕਰੀਏ ਸ਼ਹਿਰੀ ਕਰਸੀ ਦੀ, ਤੇ ਸ਼ਹਿਰੀ ਕਰਸੀ ਨੂੰ ਸਾਰੇ ਜਾਣੇ ਜਾਣਦੇ ਨੇ, ਕਿਉਂਕਿ ਇੱਥੇ ਕਾਫੀ ਭਰਾ ਮੇਰੇ ਜਿਹੜੇ ਦਫ਼ਤਰ 'ਚ ਵੀ ਜਾਂਦੇ ਨੇ, ਕਿਉਂਕਿ ਸ਼ਹਿਰੀ ਕਰਸੀ ਅੱਜ ਕੱਲ੍ਹ ਮੈਨੂੰ ਘੱਟ ਮਿਲਦੇ ਨੇ, ਲੋਕਾਂ 'ਚ ਹੀ ਜ਼ਿਆਦਾ ਰਹਿੰਦੇ ਆ ਜੀ। ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਇੱਕ ਅਪੀਲ ਕਰਨਾ ਚਾਹਾਂਗੀ ਕਿ ਤੁਸੀਂ 1 ਤਰੀਕ ਨੂੰ ਝਾੜੂ, ਸਾਰਿਆਂ ਵੋਟ ਜਿਹੜੀ ਸਾਰਿਆਂ ਨੇ ਝਾੜੂ ਨੂੰ ਪਾਉਣੀ ਆ, ਝਾੜੂ ਦਾ ਬਟਨ ਦਬਾਉਣਾ ਹੈ। ਤੇ ਮਾ ਵੇਖੋ ਜੀ, ਤੁਸੀਂ ਆਪ ਖੁਦ ਰਸ਼ ਵੇਖ ਸਕਦੇ ਹੋ, ਲੋਕਾਂ ਦਾ ਪਿਆਰ ਵੇਖ ਸਕਦੇ ਹੋ, ਕਿਉਂਕਿ ਲੋਕੀ ਵੀ ਚਾਹੁੰਦੇ ਆ ਕਿ ਭ੍ਰਿਸ਼ਟਾਚਾਰ ਨੂੰ ਜੜ ਤੋਂ ਖਤਮ ਕੀਤਾ ਜਾਵੇ ਤੇ ਵਿਕਾਸ ਦੀ ਗੱਲ ਹੋਵੇ, ਲੋਕਾਂ ਦੇ ਹਿੱਤ ਦੀ ਗੱਲ ਹੋਵੇ। ਤੇ ਉਹਨਾਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ 2 ਸਾਲਾਂ ਦੇ ਵਿੱਚ ਜਿੰਨੇ ਲੋਕਾਂ ਦੇ ਵਿਕਾਸ ਦੇ ਕੰਮ ਕਰ ਰਹੀ ਹੈ, ਹਿੱਤ ਦੇ ਕੰਮ ਕਰ ਰਹੀ ਹੈ, ਬਾਕੀ ਸਰਕਾਰਾਂ ਨੇ ਉਹਦੇ 25% ਵੀ ਨਹੀਂ ਕੀਤੇ ਹੋਣੇ। ਮਸ਼ੀਨ ਲੈ ਕੇ ਇੱਕ ਬਟਾਲੇ ਵਿੱਚ ਥੋੜੇ ਦਿਨ ਪਹਿਲਾਂ ਜਿਹੜੀ ਮੌਤ ਹੋਈ ਆ ਤੁਹਾਡੇ ਆਪਣੇ ਹਲਕੇ ਦੀ, ਲੋਕਾਂ ਵਿੱਚ ਕਾਫੀ ਰੋਜ਼ ਆ ਕਿ ਨਸ਼ੇ ਦੀ ਵੀ ਠੱਲ ਨਹੀਂ ਪੈ ਰਹੀ। ਵੇਖੋ ਭਾਜੀ, ਨਸ਼ਾ ਜੇ ਵੱਧਦਾ ਵਾ ਤਾਂ ਚਿੰਤਾ ਦਾ ਵਿਸ਼ਾ, ਮੇਰੇ ਵੀ 2 ਬੱਚੇ ਨੇ, ਮੇਰੇ ਵੀ ਬੇਟੇ ਨੇ, ਨਸ਼ਾ ਕੱਲ ਨੂੰ ਮੇਰੇ ਘਰ ਤੱਕ ਵੀ ਆ ਸਕਦਾ। ਵੇਖੋ, ਨਸ਼ਾ ਤਾਂ ਹੀ ਜੜ ਤੋਂ ਖਤਮ ਹੋ ਸਕਦਾ ਜੇ ਬੇਰੁਜ਼ਗਾਰੀ ਖਤਮ ਹੋਏਗੀ, ਤੇ ਸਾਡੀ ਪਹਿਲੀ ਲੜਾਈ ਇਹੀ ਆ ਕਿ ਅਸੀਂ ਬੇਰੁਜ਼ਗਾਰੀ ਨੂੰ ਜੜ ਤੋਂ ਖਤਮ ਕਰਨਾ। ਤੇ ਵੇਖੋ, ਜਿਹੜੀਆਂ ਦਲਦਲਾਂ ਇਹਨਾਂ ਨੇ ਇੰਨੀਆਂ ਡੂੰਘੀਆਂ ਫਲਾਈਆਂ ਨੇ ਨਾ, ਸਾਡੀ ਲੜਾਈ ਜਾ ਰਹੀ ਹੈ ਕਿ ਅਸੀਂ ਇਹਨੂੰ ਜੜ ਤੋਂ ਖਤਮ ਕਰੀਏ। ਕੀ ਮੁੱਦੇ ਰਹਿਣਗੇ ਆਮ ਲੋਕਾਂ ਵਿੱਚ, ਕਿਹੜੇ ਮੁੱਦੇ ਲੈ ਕੇ ਜਾ ਰਹੇ? ਵੇਖੋ ਜੀ, ਸਭ ਤੋਂ ਵੱਡੀ ਗੱਲ ਤੇ ਇਹੀ ਆ ਕਿ ਬੇਰੁਜ਼ਗਾਰੀ ਖਤਮ ਹੋਵੇ, ਭ੍ਰਿਸ਼ਟਾਚਾਰ ਖਤਮ ਹੋਵੇ, ਗਰੀਬੀ ਖਤਮ ਹੋਵੇ, ਨਸ਼ਾ ਖਤਮ ਹੋਵੇ। ਮੇਨ ਇਹ ਚੀਜ਼ਾਂ ਖਤਮ ਹੋ ਗਈਆਂ ਤੇ ਸਾਡਾ ਪੰਜਾਬ ਫਿਰ ਤੋਂ ਰੰਗਲਾ ਪੰਜਾਬ ਬਣ ਜਾਏਗਾ ਜੀ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ ਖਿਲਾਫ ਜੰਗ, ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼।